ਅੱਜ ਸੀਐਮ ਸਾਹਿਬ ਦਾ ਨੰਗਲ ਤੋਂ ਆਪਣਾ ਆਨੰਦਪੁਰ ਸਾਹਿਬ ਤੋਂ ਦੌਰਾ ਸੀ, ਜੋ ਕਿ ਉਸ ਤੋਂ ਪਹਿਲਾਂ ਹੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਸਵੇਰੇ 5:30 ਵਜੇ ਆ ਕੇ ਅਰੈਸਟ ਕਰ ਲਿਆ ਗਿਆ। ਉਸ ਵੇਲੇ ਮਸਲੇ ਅਸੀਂ ਆਨੰਦਪੁਰ ਸਾਹਿਬ ਇੱਕ ਮੰਗ ਪੱਤਰ ਦੇਣ ਜਾਣਾ ਸੀ ਜੀ ਉਹਨਾਂ ਨੂੰ ਕਿ ਗੱਲਬਾਤ ਕਰਨ ਵਾਸਤੇ ਜੀ, ਠੀਕ ਹੈ। ਪਰ ਉਸ ਤੋਂ ਪਹਿਲਾਂ ਹੀ ਆਪਣੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਬਲਵਿੰਦਰ ਸਿੰਘ ਸਸਕੋਰ ਜੀ ਨੂੰ ਰੋਪੜ ਅਰੈਸਟ ਕਰ ਲਿਆ ਅਤੇ ਮੈਨੂੰ ਘਨੌਲੀ ਚੌਂਕੀ ਵਾਲੇ ਨੇ ਸਵੇਰੇ 5:30 ਵਜੇ ਆ ਕੇ ਚਾਹ ਪੀਣ ਤੋਂ ਪਹਿਲਾਂ ਹੀ ਅਰੈਸਟ ਕਰ ਲਿਆ ਜੀ। ਤੁਹਾਨੂੰ ਮਿਲ ਕੇ ਕਿੱਥੇ ਹੁਣ ਚੌਂਕੀ 'ਚ ਰੱਖਿਆ ਹੋਇਆ? ਇਸ ਵਾਰ ਸਰ ਹਾਂਜੀ ਚੌਂਕੀ ਵਿੱਚ ਸੀ। 21 ਵਾਰ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਕੇ ਮੁਕਰੇ ਵੀ ਕਿ ਇਹੀ ਕਹਿੰਦੇ ਸੀ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਆ, ਰੈਲੀਆਂ ਕਰਨ ਦੀ ਲੋੜ ਨਹੀਂ। ਅੱਜ ਸੀਐਮ ਸਾਹਿਬ ਆਪਣੀ ਜਮਾਤ ਤੋਂ ਖੁਦ ਮੁੱਕਰ ਰਹੇ ਜੀ। ਪਰ ਕਿਹਾ ਜਾਂਦਾ ਵੀ ਸਭ ਤੋਂ ਜਿਹੜਾ ਵੋਟਾਂ ਦੇ ਵਿੱਚ ਵਾਅਦੇ ਇਹ ਕੀਤੇ ਜਾ ਰਹੇ ਆ ਵੀ ਲੋਕਤੰਤਰ ਬਚਾਉਣ ਦਾ ਭਾਈ ਲੋੜ ਹੈ, ਹੁਣ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਉੱਪਰ ਭਾਜਪਾ ਦੇ ਵੱਲੋਂ, ਤਾਂ ਤੁਹਾਨੂੰ ਅੱਜ ਅਰੈਸਟ ਕੀਤਾ ਗਿਆ, ਤੁਸੀਂ ਵੀ ਆਪਣਾ ਲੋਕਤੰਤਰ ਦੇ ਤਰੀਕੇ ਨਾਲ ਕਰਨਾ ਸੀ ਵਿਰੋਧ ਜਾਂ ਕਿਵੇਂ? ਅਸੀਂ ਤਾਂ ਸਿਰਫ ਗੱਲਬਾਤ ਕਰਨ ਚੱਲੇ ਸੀ, ਇਹਨਾਂ ਨੇ ਪਹਿਲਾਂ ਹੀ ਆਪਣਾ ਸਾਨੂੰ ਅਰੈਸਟ ਕਰਵਾਤਾ ਜੀ। ਅਤੇ ਜਦੋਂ ਅਰੈਸਟ ਕਰਨ ਤੁਸੀਂ ਪੁਲਿਸ ਨੂੰ ਪੁੱਛਦੇ ਨੇ ਵੀ ਕਾਰਨ ਕੀ ਹੈ ਕੀ ਹੈ, ਉਹਨੂੰ ਦੱਸਦੇ ਨੀ ਤੁਹਾਨੂੰ? ਉਹ ਸਰ ਕਹਿੰਦੇ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਦਾ ਆਰਡਰ ਹੈ ਵੀ ਸਾਨੂੰ ਤੁਹਾਨੂੰ ਅਰੈਸਟ ਪਾਉਣੀ ਪੈਣੀ ਜੀ। ਜਿਹੜੀ ਸਾਡੀ ਅੱਜ ਦੀ ਐਬਸੈਂਟ ਲੱਗੀ, ਛੁੱਟੀ ਲੱਗੀ ਹੈ, ਇਹਦਾ ਭਰਵਾਈ ਗਿਆ ਮੁੱਖ ਮੰਤਰੀ ਸਾਹਿਬ ਕਰਨਗੇ ਜਾਂ ਪੁਲਿਸ ਪ੍ਰਸ਼ਾਸਨ ਕਰਨਗੇ ਜੀ। ਹੈਲੋ, ਹਾਂਜੀ ਵੀਰ ਪ੍ਰਗਟ ਸਿੰਘ। ਹਾਂਜੀ ਵੀਰ ਜੀ, ਹਾਂਜੀ ਹਾਂਜੀ, ਕਿਵੇਂ ਹੋ? ਠੀਕ ਹੋ? ਵਧੀਆ ਚੜ੍ਹਦੀ ਗੱਲ, ਤੁਸੀਂ ਸੁਣਾਓ ਜੀ। ਠੀਕ ਹੈ, ਠੀਕ ਹੈ। ਅੱਛਾ, ਮੈਨੂੰ ਪਤਾ ਲੱਗਿਆ ਵੀ ਤੁਸੀਂ ਜਿਹੜੀ ਤੁਹਾਡੀ ਮੁਲਾਜ਼ਮ ਯੂਨੀਅਨ, ਠੇਕਾ ਮੁਲਾਜ਼ਮ ਯੂਨੀਅਨ ਤੁਹਾਡੀ ਕਿਹੜੀ ਹੈ ਜੀ? ਹਾਂਜੀ ਵੀਰੇ, ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਥਰਮ ਪਲਾਂਟ ਸਾਂਝਾ ਮੰਚ ਕੰਟਰੈਕਟਰ ਵਰਕਰ ਯੂਨੀਅਨ। ਠੀਕ ਹੈ। ਅੱਜ ਭਗਵੰਤ ਮਾਨ ਹੋਰੀ ਆਨੰਦਪੁਰ ਸਾਹਿਬ ਆ ਰਹੇ ਹੈ ਨਾ ਜੀ? ਅੱਜ ਸੀਐਮ ਸਾਹਿਬ ਨੇ ਆਨੰਦਪੁਰ ਸਾਹਿਬ ਆਉਣਾ ਸੀ ਜੀ। ਜੀ, ਉਸ ਵੇਲੇ ਮਸਲੇ ਅਸੀਂ ਆਨੰਦਪੁਰ ਸਾਹਿਬ ਇੱਕ ਮੰਗ ਪੱਤਰ ਦੇਣ ਜਾਣਾ ਸੀ ਜੀ ਉਹਨਾਂ ਨੂੰ ਵੀ ਗੱਲਬਾਤ ਕਰਨ ਵਾਸਤੇ ਜੀ। ਠੀਕ ਹੈ। ਪਰ ਉਸ ਤੋਂ ਪਹਿਲਾਂ ਹੀ ਆਪਣੇ ਪੁਲਿਸ ਪ੍ਰਸ਼ਾਸਨ ਨੇ ਸਾਡੇ ਬਲਵਿੰਦਰ ਸਿੰਘ ਸਸਕੋਰ ਜੀ ਨੂੰ ਰੋਪੜ ਅਰੈਸਟ ਕਰ ਲਿਆ ਅਤੇ ਮੈਨੂੰ ਘਨੌਲੀ ਚੌਂਕੀ ਵਾਲੇ ਨੇ ਸਵੇਰੇ 5:30 ਵਜੇ ਆ ਕੇ ਚਾਹ ਪੀਣ ਤੋਂ ਪਹਿਲਾਂ ਹੀ ਅਰੈਸਟ ਕਰ ਲਿਆ ਜੀ। ਅੱਛਾ। ਹਾਂਜੀ ਹਾਂਜੀ। ਤੁਹਾਨੂੰ ਮਿਲ ਕੇ ਕਿੱਥੇ ਹੁਣ ਚੌਂਕੀ 'ਚ ਰੱਖਿਆ ਹੋਇਆ? ਇਸ ਵਾਰ ਸਰ ਹਾਂਜੀ ਚੌਂਕੀ ਵਿੱਚ ਅਸੀਂ। ਕੌਣ ਕੌਣ ਨੇ? ਤੁਸੀਂ ਇਕੱਲੇ ਹੀ ਹੋ? ਇਸ ਵਾਰ ਸਰ ਮੈਂ ਇਕੱਲਾ ਹੀ ਹਾਂ ਜੀ। ਸਾਡੇ ਕਪਿਲ ਮਹਿੰਦੀ ਜੀ ਇਕੱਲੇ ਇਕੱਲੇ, ਜਿਵੇਂ ਚੌਂਕੀ ਆਨੰਦਪੁਰ ਸਾਹਿਬ ਹੋਈ, ਸਦਰ ਥਾਣਾ ਹੋਇਆ ਜੀ, ਅਲੱਗ ਅਲੱਗ ਜਗ੍ਹਾ ਰੱਖੇ ਹੋਏ ਜੀ। ਅੱਛਾ, ਤੁਸੀਂ ਪਿਛਲੀ ਵਾਰ ਵੀ ਜਦੋਂ ਭਗਵੰਤ ਮਾਨ ਹੋਰੀ ਰੋਪੜ ਆਉਂਦੇ ਆ ਉਦੋਂ ਵੀ ਤੁਸੀਂ ਵਿਰੋਧ ਕੀਤਾ ਸੀਗਾ? ਸਰ ਅਸੀਂ ਸਰ ਸਾਡੀ ਮਨਸਾ ਨਹੀਂ ਸੀ ਵਿਰੋਧ ਕਰਨੇ ਦੀ, ਸਾਡੀ ਮਨਸਾ ਦੀ ਸੀਐਮ ਸਾਹਿਬ ਨਾਲ 21 ਵਾਰ ਮੁੱਖ ਮੰਤਰੀ ਸਾਹਿਬ ਮੀਟਿੰਗ ਦੇ ਕੇ ਮੁਕਰੇ ਵੀ ਕਿ ਇਹੀ ਕਹਿੰਦੇ ਸੀ ਸਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਆ, ਰੈਲੀਆਂ ਕਰਨ ਦੀ ਲੋੜ ਨਹੀਂ। ਅੱਜ ਸੀਐਮ ਸਾਹਿਬ ਆਪਣੀ ਜਮਾਤ ਤੋਂ ਖੁਦ ਮੁਕਰ ਰਹੇ ਜੀ। ਅਸੀਂ ਤਾਂ ਸਿਰਫ ਗੱਲਬਾਤ ਕਰਨ ਚੱਲੇ ਸੀ, ਇਹਨਾਂ ਨੇ ਪਹਿਲਾਂ ਹੀ ਆਪਣਾ ਸਾਨੂੰ ਅਰੈਸਟ ਕਰਵਾਤਾ ਜੀ। ਨਹੀਂ, ਪਰ ਕਿਹਾ ਜਾਂਦਾ ਵੀ ਸਭ ਤੋਂ ਜਿਹੜਾ ਵੋਟਾਂ ਦੇ ਵਿੱਚ ਵਾਅਦੇ ਇਹ ਕੀਤੇ ਜਾ ਰਹੇ ਆ ਵੀ ਲੋਕਤੰਤਰ ਬਚਾਉਣ ਦਾ ਭਾਈ ਲੋੜ ਹੈ, ਹੁਣ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਉੱਪਰ ਭਾਜਪਾ ਦੇ ਵੱਲੋਂ, ਤਾਂ ਤੁਹਾਨੂੰ ਅੱਜ ਅਰੈਸਟ ਕੀਤਾ ਗਿਆ, ਤੁਸੀਂ ਵੀ ਆਪਣਾ ਲੋਕਤੰਤਰ ਦੇ ਤਰੀਕੇ ਨਾਲ ਕਰਨਾ ਸੀ ਵਿਰੋਧ ਜਾਂ ਕਿਵੇਂ? ਸਰ ਅਸੀਂ ਤਾਂ ਆਪਣਾ ਹੱਕ ਲੈ ਕੇ ਜਾਣਾ ਸੀ ਵੀ ਹਾਂ ਸਰ ਤੁਸੀਂ ਵਾਅਦਾ ਕੀਤਾ ਹੋਇਆ ਸੀ ਵੀ ਅਸੀਂ ਤਾਂ ਸਾਡਾ ਰਾਈਟ ਬਣਦਾ ਵੀ ਜੇ ਤੁਸੀਂ ਗੱਲਬਾਤ ਨਹੀਂ ਕਰਦੇ ਸੀ ਵਿਰੋਧ ਕਰਨਾ ਸੀ। ਠੀਕ ਨੀ, ਪਰ ਮੁੱਖ ਮੰਤਰੀ ਸਾਹਿਬ ਇਹ ਪਹਿਲਾਂ ਹੀ ਕਹਿੰਦੇ ਵੀ ਹਾਂ ਵੀ ਮੈਂ ਗਰੀਬ ਘਰਾਣੇ ਦਾ ਲੜਕਾ ਕਿ ਤੁਹਾਨੂੰ ਧਰਨੇ ਲਾਉਣ ਦੀ ਲੋੜ ਨਹੀਂ ਆ। ਅੱਜ ਸਾਡੀਆਂ ਪੇਮੈਂਟ ਤੁਸੀਂ ਸਰਵ ਪਲਾਂਟ ਖੁਦ ਆ ਕੇ ਦੇਖੋ, 10-10 ਹਜ਼ਾਰ ਪੇਮੈਂਟ ਘਰ ਦਾ ਗੁਜ਼ਾਰਾ ਕਰਨਾ ਬਹੁਤ ਔਖਾ ਜੀ। ਇੱਥੇ ਦੇ ਵਿਧਾਇਕ ਸਾਹਿਬ ਨੂੰ ਇਹ ਬੇਨਤੀ ਕਈ ਵਾਰ ਕਰ ਚੁੱਕੇ ਵੀ ਸਾਡੀ ਮੰਗ ਪਹਿਲੇ ਦਾ ਹੱਥ ਰੱਖੀ ਜਾਏ, ਪਰ ਇੱਥੇ ਦੇ ਵਿਧਾਇਕ ਸਾਹਿਬ ਦਾ ਵੀ ਕੋਈ ਸਟੈਂਡ ਨਹੀਂ ਹੈਗਾ ਜੀ। ਅੱਛਾ, ਰੋਪੜ ਦੇ ਵਿਧਾਇਕ ਮਤਲਬ ਪੈਂਦੇ ਤੁਹਾਨੂੰ? ਦਿਨੇਸ਼ ਚੱਡਾ ਜੀ ਹੈ ਜੀ। ਦਿਨੇਸ਼ ਚੱਡਾ ਜੀ, ਠੀਕ ਹੈ। ਹਾਂਜੀ ਹਾਂਜੀ। ਤੇ ਤੁਸੀਂ ਕਿੰਨੇ ਜਿਹੜੇ ਵਰਕਰ ਹੈਗੇ ਹੋ ਜਿਹੜੇ ਕੱਚੇ ਮੁਲਾਜ਼ਮ? ਸਰ ਕੱਚੇ ਮੁਲਾਜ਼ਮ ਇਸ ਟਾਈਮ ਹੈਗੇ ਸੀ 1200 ਮੁਲਾਜ਼ਮ ਆ ਜੀ। ਅੱਛਾ ਜੀ। ਹਾਂਜੀ, ਜਿਨ੍ਹਾਂ ਦੀ ਪੇਮੈਂਟ 8-10 ਹਜ਼ਾਰ ਪੇਮੈਂਟ ਆ ਜੀ। ਉਸ ਬੋਰਡ ਮੁਲਾਜ਼ਮ ਜਿਨ੍ਹਾਂ ਦੀ 65 ਹਜ਼ਾਰ ਪੇਮੈਂਟ ਆ ਜੀ, ਬਰਾਬਰ ਕੰਮ ਬਰਾਬਰ ਤਨਖਾਹ ਲੈ ਰਹੇ ਜੀ। ਇੱਕ ਬੋਰਡ ਮੁਲਾਜ਼ਮ ਰਿਟਾਇਰ ਹੋ ਕੇ ਬਾਅਦ ਚ ਫਿਰ 25 ਹਜ਼ਾਰ 'ਚ ਨੌਕਰੀ ਕਰ ਰਿਹਾ ਜੀ।
ਠੀਕ ਹੈ। ਜੇ ਕੰਪਨੀ ਮੁਲਾਜ਼ਮ ਰਿਟਾਇਰ ਹੁੰਦਾ ਉਹਨੂੰ ਨਾ ਤਾਂ ਘਰ ਦਾ ਰਹਿੰਦਾ ਜੀ, ਨਾ ਬਾਹਰ ਦਾ ਰਹਿੰਦਾ ਜੀ। ਤੁਹਾਨੂੰ ਪਤਾ ਅੱਜ ਕੱਲ੍ਹ ਖਰਚੇ ਇੰਨੇ ਕੁ ਜੀ, ਘਰੇ ਦੇਖੂ ਜਾਂ ਬਾਹਰ ਦਾ ਦੇਖੂਗਾ ਜੀ। ਹੁਣ ਪੁਲਿਸ ਵੱਲੋਂ ਤੁਹਾਡੀ ਪੁੱਛਗਿੱਛ ਕਿਵੇਂ ਕੀਤੀ ਜਾ ਰਹੀ? ਤੁਸੀਂ ਸਵੇਰ ਦੇ 5:30 ਵਜੇ ਆਏ ਹੋ, ਤੁਸੀਂ ਚਾਹ ਪਾਣੀ ਜਾਂ ਕੁਛ ਦਿੱਤਾ ਇਹਨਾਂ ਨੇ? ਹਾਂਜੀ, ਚਾਹ ਪਾਣੀ ਇਹਨਾਂ ਨੇ ਪਿਆਇਆ ਜੀ, ਇਸ ਗੱਲ ਨਹੀਂ ਚਾਹ ਪਾਣੀ ਪਿਆਇਆ ਹੋਇਆ ਜੀ ਪੁਲਿਸ ਪ੍ਰਸ਼ਾਸਨ ਨੇ। ਪਤਾ ਜੀ, ਸਰਕਾਰ ਨੂੰ ਕਹਿਣਾ ਚਾਹੁੰਦੇ ਜੇ ਤਾਂ ਤੁਸੀਂ ਆਪਣਾ ਘਟੀਆ ਸੋਚ, ਤੁਸੀਂ ਅਖਬਾਰਾਂ ਪ੍ਰਿੰਟ ਰਾਹੀਂ ਅਤੇ ਸੋਸ਼ਲ ਮੀਡੀਆ ਰਾਹੀਂ ਕਹਿੰਦੇ ਵੀ ਕੱਚੇ ਮੁਲਾਜ਼ਮ ਪੱਕੇ ਕਰਦੇ, ਸਾਨੂੰ ਦੱਸੋ ਵੀ ਅੱਜ ਮੁਲਾਜ਼ਮ ਕਿਹੜੇ ਪੱਕੇ ਕੀਤੇ ਆ। ਥਰਮ ਪਲਾਂਟ ਦੇ ਮੁਲਾਜ਼ਮ ਅੱਜ ਵੀ ਉੱਦਾਂ ਹੀ ਸੜਕਾਂ 'ਤੇ ਰੁਲਦੇ ਪਏ ਆ ਜੀ। ਜਿਹੜੇ ਨਾਲ ਨੇ ਫਿਰ ਇਹਨਾਂ ਦੇ ਲੱਗੇ ਹੋਇਆ, ਉਹ ਤਾਂ ਕਹਿੰਦੇ ਵੀ ਸਾਨੂੰ ਨੌਕਰੀਆਂ ਮਿਲੀਆਂ, ਕੋਈ ਕਿਸੇ ਤਰ੍ਹਾਂ ਖੁਸ਼ ਹੈ, ਕੋਈ ਕਹਿੰਦਾ ਸਾਡਾ ਹੋਰ ਕੰਮ ਹੋਇਆ, ਤਰ੍ਹਾਂ ਤਰ੍ਹਾਂ ਦੇ ਕੰਮ ਕਰਵਾਏ ਵੀ ਹੈ ਸਰ। ਸਰਕਾਰ ਨੂੰ ਸਾਨੂੰ ਸਾਡੇ ਸਾਹਮਣੇ ਦੱਸੋ ਨਾ, ਸਾਡੇ ਡਿਬੇਟ 'ਤੇ ਬੈਠੋ ਵੀ ਕਿਹੜੇ ਮੁਲਾਜ਼ਮ ਪੱਕੇ ਕੀਤੇ ਆ ਜੀ। ਇਹ ਤਾਂ ਜਿਵੇਂ ਚਾਹੇ MLA ਸਾਹਿਬ ਦੇ ਹੋਏ ਜਾਂ ਮੁੱਖ ਮੰਤਰੀ ਸਾਹਿਬ ਦੇ, ਆਪਣੇ ਸਿਰਿਆਂ ਨੌਕਰੀ ਦਿੱਤੀ, ਸਾਨੂੰ ਕੋਈ ਨੌਕਰੀ ਨਹੀਂ ਦਿੱਤੀ। ਸਿਰਫ ਜੇ ਨੌਕਰੀ ਦਿੱਤੀ ਹੋਈ 10-10 ਹਜ਼ਾਰ ਦੀ ਨੌਕਰੀ ਦਿੱਤੀ ਹੋਣੀ ਆ, ਕੋਈ ਬੰਦਾ ਵੇਲਚੇਅਰ ਪਰ ਲਾਇਆ ਹੋਇਆ, ਕੋਈ ਘਾਹ ਪਰ ਲਾਇਆ, ਕੋਈ ਕਿਤੇ ਲਾਇਆ ਹੋਇਆ ਜੀ। ਇਸ ਤਰ੍ਹਾਂ ਸਰ, ਤੇ ਹੋਰ ਵੀ ਉੱਥੇ ਕੋਈ ਆ ਰਹੇ ਸੀਗੇ ਤੁਹਾਡੇ ਧਿਆਨ ਦੇ ਵਿੱਚ ਸੀਗਾ, ਮੰਗ ਪੱਤਰ ਦੇਣ ਵਗੈਰਾ, ਕੋਈ ਹੋਰ ਜਥੇਬੰਦੀਆਂ ਵੀ ਆ ਰਹੀਆਂ ਨੇ? ਸਰ ਸਾਡੇ ਨਾਲ ਹੈਗੀ ਆ ਠੇਕਾ ਮਨਾ ਸਿੰਘਾਸਨ ਮੋਰਚੇ ਦੇ ਥੱਲੇ 11 ਜਥੇਬੰਦੀਆਂ ਜੀ। ਠੀਕ ਹੈ ਜੀ। ਹਾਂਜੀ, ਪਾਵਰਕੌਮ ਦੇ, ਪੈਸਕੋ, ਥਰਮ ਪਲਾਂਟ, ਵਾਟਰ ਸਪਲਾਈ ਵਾਲੇ। ਠੀਕ ਹੈ। ਹਾਂਜੀ ਹਾਂਜੀ, ਇਹਨਾਂ ਵਿੱਚੋਂ ਥਰਮ ਪਲਾਂਟ ਦੇ ਵਾਟਰ ਸਪਲਾਈ ਵਾਲੇ ਅਰੈਸਟ ਕਰ ਲਏ ਹੋਏ ਜੀ। ਅੱਛਾ। ਹਾਂਜੀ ਸਰ। ਤੇ ਜਦੋਂ ਅਰੈਸਟ ਕਰਨ ਤੁਸੀਂ ਪੁਲਿਸ ਨੂੰ ਪੁੱਛਦੇ ਨੇ ਵੀ ਕਾਰਨ ਕੀ ਹੈ ਕੀ ਹੈ, ਉਹਨੂੰ ਦੱਸਦੇ ਨੇ ਤੁਹਾਨੂੰ? ਉਹ ਸਰ ਕਹਿੰਦੇ ਵੀ ਸਾਨੂੰ ਮੁੱਖ ਮੰਤਰੀ ਸਾਹਿਬ ਦਾ ਆਰਡਰ ਹੈ ਵੀ ਸਾਨੂੰ ਤੁਹਾਨੂੰ ਅਰੈਸਟ ਪਾਉਣੀ ਪੈਣੀ ਜੀ। ਅੱਛਾ ਜੀ, ਅਰੈਸਟ ਕਰਨਾ ਪੈਣਾ ਜੀ। ਅਰੈਸਟ ਨਹੀਂ ਪਾਉਂਦੇ ਹੁਣ, ਵੈਸੇ ਹਿਰਾਸਤ 'ਚ ਲੈ ਲੈਂਦੇ ਹੁਣ, ਵੈਸੇ ਹਿਰਾਸਤ 'ਚ ਲਿਆ ਗਿਆ। ਹਾਂਜੀ, ਤੇ ਸਾਨੂੰ ਦੱਸੋ ਵੀ ਅੱਜ ਸਾਡੀ, ਅਸੀਂ ਤਾਂ ਉਹੀ ਕਮਾਉਣਾ ਉਹੀ ਖਾਣਾ ਜਿਹੜੀ ਸਾਡੀ ਅੱਜ ਦੀ ਐਬਸੈਂਟ ਲੱਗੀ, ਛੁੱਟੀ ਲੱਗੀ ਹੈ, ਇਹਦਾ ਭਰਵਾਈ ਮੁੱਖ ਮੰਤਰੀ ਸਾਹਿਬ ਕਰਨਗੇ ਜਾਂ ਪੁਲਿਸ ਪ੍ਰਸ਼ਾਸਨ ਕਰਨਗੇ ਜੀ। ਠੀਕ ਨਾ ਜੀ। ਅੱਜ ਉਧਰੋਂ ਫਿਰ ਛੁੱਟੀ ਹੋ ਗਈ ਤੁਹਾਡੀ, ਹੈ ਨਾ? ਹਾਂਜੀ ਸਰ, ਛੁੱਟੀ ਹੋ ਗਈ ਜੀ। ਛੁੱਟੀ ਤਾਂ ਵੈਸੇ ਵੀ ਹੋ ਜਾਣੀ ਸੀ, ਫਿਰ ਤੁਸੀਂ ਜਦੋਂ ਸਵਾਲ ਕਰਨ ਜਾਣਾ ਸੀ ਮੁੱਖ ਮੰਤਰੀ ਸਾਹਿਬ ਨੇ? ਸਰ ਉਹ, ਚਲੋ ਉਹ ਤਾਂ ਆਪਾਂ ਹਾਈ ਲੈਵਲ ਟੈਂਡਰ ਸਵਾ ਕੇ ਜਾਣਾ ਸੀ। ਠੀਕ ਨਹੀਂ, ਉਹ ਤਾਂ ਹਾਂਜੀ ਰਾਈਟ ਬਣਦਾ ਆਪਣਾ, ਕੋਈ ਵੀ ਸੰਘਰਸ਼ ਕਰਨਾ ਉਹ ਤਾਂ ਆਪਣਾ ਅਧਿਕਾਰ ਰੱਖਣਾ ਪੈਂਦਾ ਜੀ, ਵੀ ਸਰ ਸਾਡੀਆਂ ਮੰਗਾਂ ਇਹ ਆ ਜੀ। ਵੈਸੇ ਵੀ ਦਿਹਾੜੀ ਪਰ ਲੈ ਕੇ ਜਾ ਰਹੇ ਆ ਆਪਣੇ ਵਰਕਰਾਂ ਨੂੰ। ਪਰ ਪਿਛਲੀ ਵਾਰ ਜਦੋਂ ਰੋਪੜ ਦੇ ਵਿੱਚ ਹੋਇਆ ਸੀ, ਤੁਹਾਡੇ ਨਾਲ ਧੱਕਾ ਮੁੱਕੀ ਵੀ ਹੋਈ ਸੀ, ਪੁਲਿਸ ਨੇ ਇੱਕ ਦੋ ਨੌਜਵਾਨਾਂ ਦਾ ਕਟਾਪਾ ਵੀ ਚਾੜਿਆ ਸੀਗਾ। ਹਾਂਜੀ ਸਰ, ਉਹ ਕਹਿੰਦੇ ਸੀ ਵੀ ਤੁਸੀਂ ਹੁੱਲੜਬਾਜ਼ੀ ਕਰਦੇ, ਪੱਗਾਂ ਵੀ ਉਤਰੀਆਂ ਸੀ। ਹਾਂਜੀ, ਵੀ ਕਰਦੇ ਸੀ, ਇਸ ਕਰਕੇ ਤੁਹਾਨੂੰ ਬੈਨ ਕਰ। ਸਾਨੂੰ ਕੋਈ ਸ਼ੌਂਕ ਨਹੀਂ ਸਰ ਹੁੱਲੜਬਾਜ਼ੀ ਕਰਨ ਦਾ, ਸਾਨੂੰ ਤਾਂ ਹੈ ਨਹੀਂ, ਸਾਡਾ ਕੋਈ ਦਿਮਾਗ ਖਰਾਬ ਜੀ ਹੁੱਲੜਬਾਜ਼ੀ ਕਰੀਏ। ਅਸੀਂ ਤਾਂ ਮੰਗ ਪੱਤਰ ਲੈ ਕੇ ਜਾਂਦੇ ਹਾਂ ਗੱਲਬਾਤ ਕਰਨ ਵਾਸਤੇ, ਪਰ ਜਿਹੜੇ ਇੱਥੇ ਦੇ CM ਸਾਹਿਬ ਦੀ ਸਿਕਿਉਰਿਟੀ ਆ, ਇਹ ਨੇੜੇ ਲੱਗਣ ਨਹੀਂ ਦਿੰਦੀ ਜੀ। ਅਜੇ ਤਾਂ ਇਹ ਕਹਿੰਦੇ ਮੁੱਖ ਮੰਤਰੀ ਸਾਹਿਬ, ਤੁਸੀਂ ਤੁਹਾਨੂੰ ਲੋਕਾਂ ਨੇ ਚੁਣਿਆ ਤੇ ਤੁਹਾਨੂੰ ਵੋਟ ਪਾਈ ਆ, ਮੁਲਾਜ਼ਮਾਂ ਨੇ ਵੋਟ ਪਾਈ ਆ, ਤੁਸੀਂ ਇਹਨਾਂ ਦੀ ਮੰਗਾਂ ਦਾ ਹੱਲ ਕਿਉਂ ਨਹੀਂ ਕਰਦੇ ਸਾਡੀਆਂ ਦਾ? ਨਹੀਂ ਤਾਂ ਫਿਰ ਤੁਹਾਨੂੰ 2027 ਦੇ ਵਿੱਚ ਤਾਂ ਬਿਲਕੁਲ ਨਹੀਂ ਬਣਦਾ ਮੈਂ ਤੁਹਾਨੂੰ ਸਰ, ਸਾਡੀ ਸਰਕਾਰ ਤੋਂ ਵੀ ਠੀਕ ਹੈ, ਸਾਡਾ ਹੱਲ ਨਾ ਹੋਇਆ ਜੀ। ਠੀਕ ਹੈ ਬਾਈ, ਠੀਕ ਹੈ ਬਾਈ, ਸ਼ੁਕਰੀਆ ਜਾਣਕਾਰੀ।